ਅਸੀਂ ਰਾਜਨੀਤੀ ਕਰ ਰਹੇ ਕਿ ਚੱਜ ਦਾ ਇਲਜ਼ਾਮ ਤਾਂ ਲਾਓ ਯਾਰ ਬੰਦੇ ਵਾਲਾ ਇਹ ਕੋਈ ਗੱਲ ਹੈਗੀ ਸਾਹਮਣੇ ਦੇ ਮਤਲਬ ਕਿ ਤੁਸੀਂ ਘਟੀਆ ਲੈਵਲ ਦੀ ਜਿਹੜੀ ਰਾਜਨੀਤੀ ਜਿਹੜੀ ਨੋਟਿਸ ਭੇਜੀ ਆ ਉਹ ਤੁਹਾਡੇ ਵੱਲੋਂ ਜੀ ਤੁਸੀਂ ਚੈੱਕ ਕਰ ਲਓ 15 ਅਗਸਤ ਤੋਂ 15 ਸਤੰਬਰ ਤੱਕ 58 ਨੋਟਿਸ ਗਿਆ ਸਰ ਉਹ ਅਸੀਂ ਸਾਰੇ ਕੋਈ ਬਦਲਾ ਕੋਈ ਯਾਰ ਭੇਜਦੇ ਰੂਟੀਨ 'ਚ ਜਿਹੜੇ ਨੋਟਿਸ ਆ ਜਿਹੜੇ ਉਹ ਜਾਂਦੇ ਆ ਕਿਸੇ ਨੂੰ ਕੋਈ ਗਲਤ ਨੋਟਿਸ ਪਿਆ ਉਹ ਬੰਦੇ ਨੇ ਚੀਜ਼ ਕੰਪਲੀਟ ਕੀਤੀ ਉਸੀ ਤੁਸੀਂ ਗੱਲ ਤੁਸੀਂ ਉਹ ਗੱਲ ਕਰੋ ਰੋਜ਼ਾਨਾ ਰੂਟੀਨ 'ਚ ਚੈਕਿੰਗਾਂ ਸਾਡੀ ਸਰਕਾਰ ਦੇ ਵਿੱਚ ਵਧੀਆਂ ਨੇ ਸਾਰਿਆਂ ਦੇ ਵਧੀਆਂ ਨੇ ਸਾਰੇ ਮਹਿਕਮੇ ਦੀਆਂ ਵਧੀਆਂ ਨੇ ਉਹ ਵਧਾਉਣੀਆਂ ਸੀ ਨਾਲੇ ਤੁਸੀਂ ਮੰਨ ਲਓ ਮੈਂ ਕਿਸੇ ਦੇ ਮੰਨ ਲਓ ਵੀ ਬੈਠ ਕੇ ਕਿਤੇ ਚਾਹ ਦਾ ਕੱਪ ਮੈਂ ਪੀ ਲਿਆ ਇਹਦਾ ਮਤਲਬ ਇਹ ਥੋੜ੍ਹੇ ਵੀਰੇ ਉਹਨਾਂ ਸਾਂਝ ਪੈ ਗਈ ਮੈਨੂੰ ਪ੍ਰੋਟੈਕਟ ਕਰੂ ਤੁਸੀਂ ਮੈਂ ਦੁਬਾਰਾ ਕਹਿਣਾ ਤੁਹਾਡਾ ਜੀਜਾ ਦੇ ਤੁਸੀਂ ਲੋਕਾਂ ਦੀਆਂ ਬੱਸਾਂ ਵੀ ਦੱਬੀਆਂ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਤੁਸੀਂ ਹੋਟਲਾਂ 'ਚ ਵੀ ਹਿੱਸੇ ਪਾਏ ਸਾਰੇ ਪੰਜਾਬ ਦੇ ਲੋਕ ਜਾਣਦੇ ਆ ਅਸੀਂ ਤੁਹਾਡੇ ਵਰਗੀ ਹੇਠਲੀ ਪੱਧਰ ਦੀ ਰਾਜਨੀਤੀ ਨਹੀਂ ਕਰਦੇ ਮੈਂ ਮਜੀਠੀਆ ਸਾਹਿਬ ਨੂੰ ਕਹੂੰਗਾ ਵੀ ਇੱਦਾਂ ਦੀ ਤੁਸੀਂ ਕੋਈ ਮੁੱਦੇ ਆ ਤੁਸੀਂ ਕੋਈ ਚੱਜ ਦੇ ਲੈ ਕੇ ਆਓ ਬਿਲੋ ਦਾ ਬੈਲਟ ਜਿਹੜੀ ਪੋਲਿਟਿਕਸ ਆ ਉਹ ਨਾ ਭਾਅ ਜੀ ਮੈਂ ਨਾ ਇਸ ਜਿਹੜੀ ਇਹ ਮੈਂ ਇਹਦਾ ਜਵਾਬ ਹੀ ਨਹੀਂ ਦੇਣਾ ਚਾਹੁੰਦਾ ਤੁਸੀਂ ਮੈਂ ਆਇਆ ਇੱਥੇ ਪੁੱਛ ਲਿਆ ਮੈਂ ਤੁਹਾਨੂੰ ਦੱਸਤਾ ਸਾਡੇ ਕੋਲ ਹੋਰ ਬੜੇ ਪੋਜ਼ਿਟਿਵ ਕੰਮ ਨੇ ਜਿਹੜੇ ਪੰਜਾਬ 'ਚ ਕਰਨ ਵਾਲੇ ਮੈਂ ਕਹਿੰਦਾ ਗੱਲ ਪ੍ਰੂਵ ਕਰ ਦੇ ਉੱਥੇ ਕੁਲਚਾ ਲੈਣ ਵਾਲੀ ਸੀ ਸੀ ਟੀ ਵੀ ਹੋਊਗਾ ਉਹਦੇ ਆਂਢੀ ਗੁਆਂਢੀ ਦੀ ਵੀ ਹੋਊਗਾ ਵੀ ਕਿਤੇ ਸਾਨੂੰ ਇਹ ਕੁਲਚਾ ਇਹਨਾਂ ਨੇ ਹੋਟਲ 'ਚ ਸਰਵ ਕੀਤਾ ਜਾਂ ਕੋਈ ਗੱਲ ਹੈ ਤੁਸੀਂ ਦੱਸੋ ਤੁਹਾਨੂੰ ਆਮ ਇਹ ਗੱਲ ਚਾਹੀਦੀ ਆ ਵੀ ਉੱਥੇ ਮੰਤਰੀ ਜੀ ਉੱਥੇ ਪੈਸੇ ਦੇ ਲੈਣ ਦੇਣ ਪਿੱਛੇ ਹੋਟਲਾਂ 'ਚ ਝਗੜ ਰਹੇ ਹੋ ਅਤੇ ਉਹ ਕੀ ਕਹਿਣਾ ਵੀ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਕੋਈ ਕਹੂਗਾ ਯਾਰ ਇੱਦਾਂ ਕੋਈ ਆਮ ਬੰਦਾ ਨਹੀਂ ਕਹਿੰਦਾ ਵੀ ਦੱਸ ਕੀ ਇਹ ਕਿਸ ਤਰੀਕੇ ਨਾਲ ਉਹਨੂੰ ਗਲੋਰੀਫਾਈ ਕੀਤਾ ਗਿਆ ਅਕਾਲੀ ਦਲ ਤੋਂ ਚਲੋ ਮੈਂ ਹੁਣ ਗੱਲ ਫਿਰ ਦੁਬਾਰਾ ਹੋਈ ਹੈ ਨਾ ਕਿਉਂਕਿ ਅਸਲ 'ਚ ਹੋਰ ਕੋਈ ਮੁੱਦਾ ਕੋਈ ਨਹੀਂ ਤੁਸੀਂ ਯਾਰ ਸੀਨੀਅਰ ਪਾਰਟੀ ਦੇ ਲੀਡਰ ਹੋ ਆਪਦੀ ਲੋਕ ਤੁਹਾਨੂੰ ਸੁਣਦੇ ਆ ਤੁਹਾਡੇ ਵਰਕਰ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਦੇਖ ਕੇ ਤੁਹਾਡੇ ਛੋਟੇ ਜਿਹੜੇ ਵਰਕਰ ਆ ਉਹਨਾਂ ਨੇ ਰਾਜਨੀਤੀ ਸਿੱਖਣੀ ਹੈ ਜੇ ਤੁਸੀਂ ਇੱਦਾਂ ਦੀ ਰਾਜਨੀਤੀ ਜਿਹੜੀ ਆ ਕਰੋਗੇ ਤਾਂ ਤੁਹਾਡੇ ਅੱਗੇ ਵਰਕਰ ਜਿਹੜੇ ਕੀ ਕਰਨਗੇ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ ਜਿਹੜੇ ਕੋਈ ਪੰਜਾਬ ਦੇ ਅਸਲ ਮੁੱਦੇ ਆ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਆ 1 ਤਰੀਕ ਨੂੰ ਸੀਐਮ ਸਾਹਿਬ ਨੇ ਕਿਹਾ ਵੀ ਆਓ ਭਾਈ ਉੱਥੇ ਐਸਵਾਈਐਲ ਦੇ ਮੁੱਦੇ 'ਤੇ ਡਿਸਕਸ ਕਰਦੇ ਹਾਂ ਜੇ ਤੁਹਾਡੀਆਂ ਕਿ ਲੱਤਾਂ ਭਾਰ ਚੱਲਦੀਆਂ ਆਓ ਉੱਥੇ ਆਉਣ ਕੇ ਤੁਸੀਂ ਲੱਤਾਂ ਛੋੜੀਆਂ ਭਾਰ ਚੱਲ ਰਹੀਆਂ ਕੋਈ ਜਵਾਬ ਨਹੀਂ ਦੇ ਰਿਹਾ ਬਹਾਨੇ ਕੰਡੀਸ਼ਨ ਬਹਾਨੇ ਤੁਸੀਂ ਲਾਈ ਜਾਂਦੇ ਹੋ ਜਮੀਤ ਜੀ ਅੱਜ ਗੁਰਜੀਤ ਔਜਲਾ ਪੁੱਛੇ ਉਹਨਾਂ ਨੇ ਕਿਹਾ ਮੈਂ ਰਾਜਨੀਤੀ ਤੋਂ ਉੱਤਰ ਯਹਾਂ ਪੇ ਅੱਛਾ ਕੈਂਪੇਨ ਹੈ ਇਸਕੇ ਲੀਏ ਆਪ ਸਾਥ ਦੇ ਰਹੇ ਹੈ ਸਰਕਾਰ ਕਾ ਔਰ ਅੰਮ੍ਰਿਤਸਰ ਮੈਂ ਨਸ਼ਾ ਬਹੁਤ ਹੈ ਉਹ ਕਹਿ ਰਹੇ ਹੈ ਉਹਨਾਂ ਨੇ ਇਸ਼ਾਰੇ ਇਸ਼ਾਰੇ ਨੇ ਕਿਹਾ ਕਿ ਪੋਲੀਟੀਕਲ ਲੋਕ ਵੀ ਸ਼ਾਮਿਲ ਹੈ ਉਹਨਾਂ ਦੀ ਕਾਰਵਾਈ ਉਹ ਉਸੇ ਵੀ ਸ਼ਾਮਿਲ ਹੋਈ ਭਾਅ ਜੀ ਅਸੀਂ ਤਾਂ ਦੋਨੋਂ ਮੱਥਾਂ ਨਾਲ ਅਸੀਂ ਤਾਂ ਕਹਿੰਦੇ ਹਾਂ ਵੀ ਇਹ ਜਿਹੜਾ ਨਸ਼ਾ ਪੰਜਾਬ 'ਚ ਬੰਦ ਕਰ ਇਹ ਸਾਰੇ 3 ਕਰੋੜ ਜਿਹੜੇ ਪੰਜਾਬੀ ਆ ਇਹ ਸਾਨੂੰ ਸਾਰੇ ਰਲ ਮਿਲ ਕੇ ਗੁਰਜੀਤ ਔਜਲਾ ਜੀ ਦਾ 15 ਲੱਖ ਲੋਕਾਂ ਦੇ ਚੁਣੇ ਹੋਏ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਵੀ ਅੱਗੇ ਹੋ ਕੇ ਇਹਦੇ ਕੰਟਰੀਬਿਊਟ ਜਿਹੜਾ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਪੰਜਾਬ ਇਕੱਲਾ ਐਲੀਗੇਸ਼ਨ ਲਾਉਣਾ ਲੇਕਿਨ ਕਿਸੇ ਤੇ ਲਾਈ ਜਾਈਏ ਉਹਦੇ ਨਾਲ ਕੁਛ ਨਹੀਂ ਹੋਣਾ ਇਕੱਠੇ ਹੋ ਕੇ ਸਾਨੂੰ ਔਜਲਾ ਸਾਹਿਬ ਲੱਗਣ ਸਾਰੇ ਸਾਡੇ MLA ਸਾਹਿਬਾਨ ਲੱਗਣ ਮਜੀਠੀਆ ਸਾਹਿਬ ਵੀ ਇਹਦੇ 'ਚ ਲੱਗਣ ਸਾਰੇ ਇਸ ਦਾ ਕਹਿਣਾ ਲੱਗਣ ਜੇ ਪੰਜਾਬ ਨੂੰ ਆਪਾਂ ਜਿਹੜਾ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਉਣਾ ਕਿਉਂਕਿ ਬੱਚੇ ਦਾ ਸਾਡੀ ਹੈ ਨਾ ਪੰਜਾਬ ਸਾਡਾ ਉਹ ਬੋਲ ਕੇ ਗਏ ਕਿ ਹਮ ਨਸ਼ਾ ਨਹੀਂ ਖਤਮ ਨਹੀਂ ਕਰ ਪਾਏ ਇਸ ਲਈ ਹਮ ਸੱਤਾ ਸੇ ਬਾਹਰ ਹੋ ਗਏ ਕਹਿੰਦਾ ਕਿ ਮਾਨਾ ਉਹਨਾਂ ਨੇ ਐਕਸ਼ਨ ਦੀ ਲੋੜ ਨਹੀਂ ਰਹੀ ਭਾਜੀ ਅਸੀਂ ਮੈਂ ਦੇਖੋ ਸਾਡੀ ਜਿਹੜੀ ਪੁਲਿਸ ਹੈ ਲਗਾਤਾਰ ਰੋਜ਼ ਕਾਰਵਾਈਆਂ ਹੋ ਰਹੀਆਂ ਡਰੋਨ ਫੜੇ ਜਾ ਰਹੇ ਆ ਪਰਚੇ ਦਰਜ ਹੋ ਰਹੇ ਆ ਪਰ ਫਿਰ ਵੀ ਸਾਡਾ ਮੰਨਣਾ ਕਿ ਨਸ਼ੇ ਦੀ ਸਪਲਾਈ 'ਤੇ ਤਾਂ ਕਾਰਵਾਈ ਕਰੋ ਹੀ ਕਰੋ ਉਹਦੀ ਡਿਮਾਂਡ ਖਤਮ ਕਰ ਦਿੱਤੀ ਡਿਮਾਂਡ ਖਤਮ ਤਾਂ ਹੋਊਗੀ ਅਤੇ ਸਾਡੇ ਬੱਚੇ ਜਿਹੜੇ ਆ ਖੇਡਾਂ ਵਾਲੇ ਪਾਸੇ ਜਿਹੜੇ ਆ ਉਹ ਲੱਗਣਗੇ ਸਪੋਰਟਸ ਦੇ ਵਿੱਚ ਲੱਗਣਗੇ ਅਸੀਂ 1000 ਨਰਸਰੀ ਪੰਜਾਬ 'ਚ ਖੋਲ੍ਹ ਰਹੇ ਹਰ 4 ਕਿਲੋਮੀਟਰ ਦੇ ਰੇਡੀਅਸ 'ਤੇ ਸਪੋਰਟਸ ਨਰਸਰੀ ਹੋ ਜਿੱਥੇ ਕੋਚ ਰੱਖ ਰਹੇ ਹਾਂ ਅਤੇ 60 ਬੱਚਿਆਂ ਨੂੰ ਡੇਲੀ ਜਿਹੜੀ ਡਾਈਟ ਹੈ ਉਹ ਦਿੱਤੀ ਜਾਊਗੀ ਤਾਂ ਕਿ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਜਿਹੜਾ ਇੰਗੇਜ ਹੈ ਉਹ ਕੀਤਾ ਜਿਹੜਾ ਉਹ ਜਾ ਸਕੇ ਅਸੀਂ ਬੜੇ ਉਪਰਾਲੇ ਕਰ ਰਹੇ ਹਾਂ ਟੂਰਨਾਮੈਂਟ ਵੀ ਉਸੇ ਨਸ਼ਾ ਹੈ ਪੰਜਾਬ ਨੂੰ ਜੀਵਤ ਰੱਖਣ ਦੀ ਸਰਕਾਰ ਪ੍ਰਯਾਸ ਕਰ ਰਹੀ ਹੈ ਜੀ ਦੇਖੋ ਜੇ ਨਸ਼ਾ ਮੁਕਤ ਕਰਨ ਦੀ ਅੱਜ ਸਹੁੰ ਖਾਧੀ ਹੈ ਉਹ ਤਾਂ ਖਾਧੀ ਹੈ ਨਸ਼ਾ ਹੈ ਅਸੀਂ ਕਹਿੰਦੇ ਹਾਂ ਵੀ ਉਹਨੂੰ ਸਾਡੀ ਸਰਕਾਰ ਬੜੀ ਤਨਦੇਹੀ ਨਾਲ ਸਾਡੀ ਪੁਲਿਸ ਵੀ ਲੱਗੀ ਹੋਈ ਹੈ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ ਵੀ ਲੱਗੀ ਹੋਈ ਹੈ ਪਰ ਇਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਭਾਗੀਦਾਰੀ ਬਣਾਉਣੀ ਨਸ਼ੇ ਦੀ ਡਿਮਾਂਡ ਪੰਜਾਬ 'ਚੋਂ ਖਤਮ ਕਰਨੀ ਹੈ ਬੱਚਣ ਕਰਾਉਣ ਦਾ